नमस्कार आदरणीय प्रधानमंत्री महोदय मेरा नाम तेजस है मैं नौवीं कक्षा में केंद्रीय विद्यालय एर्नाकुलम संभाग का छात्र हूँ यह है हार्डवर्क और स्मार्ट वर्क में से कौन सा वर्क जरूरी है क्या अच्छी परिणामों के लिए दोनों जरूरी हैं कृपया अपना मार्गदर्शन दीजिए धन्यवाद सुजल ऑनरेबल प्राइम मिनिस्टर सर

ਸਭ ਨੇ ਪੱਕ ਕੇ ਪੜੀ ਦੀ ਹੋਗਾ ਤੇ ਇਹਦੇ ਛਾਤ ਤੋਂ ਅੰਦਾਜ਼ਾ ਲਾਈ ਸਕਦੇ ਹੋ ਜੇ 스마트 ਵਰਕ ਕੀ ਹੁੰਦਾ ਤੇ ਹਾਰਡ ਵਰਕ ਕੀ ਹੁੰਦਾ ਆਸ ਬਚਪਨ ਚ ਇੱਕ ਕਹਾਣੀ ਸੁਣਦੇ ਹੁੰਦੇ ਹੀ ਜੇ ਕੱਕੜੇ ਚ ਪਾਣੀ ਹ ਪਾਣੀ ਬਿੰਦ ਗਹਿਰਾ ਹ ਤੇ ਕਕਾਂ ਪਾਣੀ ਪੀਣਾ ਚਾਹੁੰਦਾ ਹ ਪਰ ਅੰਦਰ ਉਹ ਪੁੱਜ ਨਹੀਂ ਸਕਾ ਕਰਦਾ ਹ ਤੇ ਉਸ ਕਾਂ ਹੈ ਨਿੱਕੇ ਨਿੱਕੇ ਬੱਟੇ ਉਸ ਘੜੇ ਚ ਪਾਏ ਤੇ ਬੱਲੇ ਬੱਲੇ ਪਾਣੀ ਉੱਪਰ ਆਇਆ ਤੇ ਪੀ ਉਹਨੇ ਆਰਾਮ ਕਰਨੇ ਪਾਣੀ ਪੀਤਾ ਸੁਣੀ ਹੈ ਨਾ ਇਹ ਕਹਾਣੀ ਹੁਣ ਤੁਸੀਂ ਸੀਸੀ ਆਰਡਵਰ ਕਾਕ ਕੇ ਜਾਂ ਸਮਾਰਟ ਵਰਕ ਕਾਕ ਕੇ ਤੇ ਦੇਖੋ ਇਹ ਜਿੱਲੇ ਕਹਾਣੀ ਲਿਖੀ ਗਈ ਉਸਲੇ ਸਟਰਾ ਨਹੀਂ ਹਾਂ ਨਹੀਂ ਤੇ ਇਹ ਕਾਂ ਬਾਜ਼ਾਰ ਚਾਹੀਏ ਸਟਰਾਲੇ ਜਾਂਦਾ ਦੇਖੋ ਕਿਸ਼ ਲੋਕ ਨੂੰ ਦੇਣਾ ਜਿਹੜੇ ਹਾਰਡ ਵਰਕ ਗਿਆ ਕਰ ਦੇਣਾ ਕਿਸ਼ ਲੋਕ ਨੂੰ ਦੇਣਾ ਜਿੰਦੇ ਜੀਵਨ ਚ ਹਾਰਡ ਵਰਕ ਦਾ ਨਾਮੋਂ ਨਿਸ਼ਾਨ ਨਹੀਂ ਹੁੰਦਾ ਕਿ ਸ਼ਲੋਕ ਹੁੰਦੇ ਨਾ ਜਿਹੜੇ ਸ਼ਾਇਦ ਹੈ ਸਮਾਰਟ ਵਰਕ ਕਰਦੇ ਨਾ ਟਿੱਕੇ ਸ਼ਲੋਕ ਹੁੰਦੇ ਨਾ ਜਿਹੜੇ ਸਮਾਰਟ ਤਰੀਕੇ ਕੰਨੇ ਹਾਰਡ ਵਰਕ ਕਰਦੇ ਨਾ ਤੇ ਇਸ ਕਰਕੇ ਕਾਂ ਵੀ ਯਸਿੰਗੀ ਸਖਾ ਕਰਦਾ ਹੈ ਜੇ ਸਮਾਰਟ ਤਰੀਕੇ ਕੰਨੇ ਹਾਰਡ ਵਰਕ ਕੀਆ ਕਰਨਾ ਹੈ तो इसका ही है असंगी हर काम की पहले काम की बारीकी कने समझो किसलोकों दिन तुसे दिख्या होग चीजें की समझने दे बजाय सीधे के अपनी समझ अपनाना शुरू करी दिन-दिन फी टेर पर मेहनत करने पर नतीजा मिलता नहीं है मेरी चेता है मैं पहले जनजाती इलाके च काम करता हा ਤਮੀਗੀ ਬੜੇ ਅੰਦਰ ਤੋੜੀ ਜਾਣਾ ਹੈ ਤਾਂ ਕੁਸਨੇ ਅਸੀਂ ਉਸ ਜਮਾਨੇ ਦੀ ਬੜੀ ਪੁਰਾਣੀ ਜੀਪ ਹੁੰਦੀ ਹੀ ਉਸਨੇ ਬਵਸਥਾ ਕੀਤੀ ਆਖਿਆ ਇਹ ਲੈ ਜਾਓ ਉਹਨ ਬੜਲੇ ਅਸ 5:30 ਵਜੇ ਨਿਕਲਣੇ ਆਲੇ ਹੀ ਪਰ ਸਾਡੀ ਜੀਪ ਚੱਲਗ ਹੀ ਨਹੀਂ ਕਰਦੀ ਹੀ ਅਸੀਂ ਕਈ ਸਾਰੀ ਕੋਸ਼ਿਸ਼ਾਂ ਕੀਤੀਆਂ ਧੱਕੇ ਮਾਰੇ ਦੁਨੀਆ ਪਰ ਅਡਾਡ ਵਰਕ ਕੀਤਾ ਪਰ ਸਾੜੀ ਜੀਪ ਨਹੀਂ ਚਲੀ 7:30 ਵੱਜੇ ਕੇ ਤਾਂ ਇੱਕ ਮਕੈਨਿਕ ਗਿਆ ਸੱਦਿਆ ਉਹਨ ਮਕੈਨਿਕ ਨੇ ਮੁਸ਼ਕਲ ਕਰਨੇ ਦਉ ਮਿੰਟ ਲਾਇਉਂਗਨ ਤੇ ਦਉ ਮਿੰਟੇ ਚ ਉਹਨੇ ਠੀਕ ਕਰ ਹੀ ਦਿੱਤਾ ਤੇ ਫਿਰ ਉਹਨੇ ਆਖਿਆ ਸਾਹਬ 200 ਰੁਪਿਆ ਦੇਣਾ ਪੋਗਾ ਮੈਂ ਆਖਿਆ ਯਾਰ ਦਉ ਮਿੰਟ ਦਾ 200 ਰੁਪਿਆ ਉਹਨੇ ਆਖਿਆ ਸਾਹਬ ਇਹ ਦਉ ਮਿੰਟ ਦਾ 200 ਰੁਪਿਆ ਨਹੀਂ ਹੈ ਇਹ 50 ਬਰਨ ਦੇ ਤਜਰਬੇ ਦਾ 200 ਰੁਪਿਆ ਹੈ ਉਨਾਸ ਆੜ ਵਰਕ ਕਰਾ ਕਰਦੇ ਹੀ ਜੀਪ ਨਹੀਂ ਚਲਾ ਕਰਦੀ ਹੀ ਉਹਨੇ 스마트 ਤਰੀਕੇ ਕਨੇ ਥੋੜੇਾਰੇ ਬੋਲਟ ਕਸਨੇ ਹੀ ਮੁਸ਼ਕਲ ਕਨੇ ਉਸੇ ਦਉ ਮਿੰਟ ਲੱਗੇ ਪਰ ਗੱਡੀ ਚਲੀ ਪਈ ਆਖ ਨੇ ਤਾਂ ਮਤਲਬ ਇਹ ਹੈ ਜੇ ਹਰ ਚੀਜ਼ ਬੜੀ ਮਿਹਨਤ ਮਜ਼ਦੂਰੀ ਕਨੇ ਕਰਗੇ ਤਾਂ ਗਿਆ ਤੁਸੀਂ ਦਿਖਿਆ ਹੋ ਪਹਿਲਵਾਨ ਹੁੰਦੇ ਜਿਹੜੇ ਖੇਡ ਕੂਦੀ ਦੁਨੀਆ ਦੇ ਜਿਹੜੇ ਲੋਕ ਹੁੰਦੇ ਨੇ ਕਿਹੜੀ ਖੇਡ ਕਰਨੇ ਉਹ ਜੁੜੇਦਾ ਹੁੰਦਾ ਹੈ ਉਸ ਖੇਡ ਆਸਤੇ ਉਸकी ਕਿਹੜੀ ਮਾਸਪੇਸ਼ੀ ਦੀ ਲੋਡ ਹੁੰਦੀ ਹੈ ਜਿਹੜਾ ਟ੍ਰੇਨਰ ਹੁੰਦਾ ਉਸकी ਪਤਾ ਹੁੰਦਾ ਜੀਆਂ ਵਿਕਟ ਕੀਪਰ ਹੁੰਦਾ ਤਾਂ ਵਿਕਟ ਕੀਪਰ ਕੀ ਇੰਆ ਗੈ ਚੁਕੀ ਹੈ ਕੰਟੇ ਤੱਕਰ ਖੜੁੱਤੇ ਤੇ ਰਹਿਣਾ ਪਉਂਦਾ ਉਹਨਾਂ ਸਿੰਘੀ ਕਲਾਸ ਚ ਕਿਸ਼ ਗਲਤ ਕੀਤਾ ਤੇ ਟੀਚਰ ਕੰਨ ਫਗੜਾਈਏ 8 ਬਾਲੀ ਦਿੰਦੇ ਨਾ ਇੰਨਾ ਹੱਥ ਪੈਰ ਕਰਵਾਈਏ ਤਾਂ ਕਿੰਨੀ ਪੀੜ ਹੁੰਦੀ ਹੈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਇੱਕ ਤੇ ਦੂਆ ਮਨੋਵਿਗਿਆਨਿਕ ਵੀ ਹੁੰਦਾ ਦੂਆ ਸਰੀਰਿਕ ਵੀ ਹੁੰਦਾ ਤਕਲੀਫ ਹੁੰਦੀ ਹੈ ਨਾ ਪਰ ਇਹ ਜਿਹੜਾ ਵਿਕਟ ਕੀਪਰ ਹੁੰਦਾ ਉਹਦੀ ਟ੍ਰੇਨਿੰਗ ਦਾ ਇਸਾ ਹੁੰਦਾ ਉਸकी ਕਈ ਕੰਟੈਂਟ ਅਗਰ ਇੰਨ ਖੜੇ ਰੱਖਦੇ ਨਾ ਤਾਜੇ ਬੱਲੇ ਬੱਲੇ ਉਹਦੀ ਓਕੜੀ ਮਾਸਪੇਸ਼ੀਆਂ ਮਜ਼ਬੂਤ ਹੋਈ ਜਾਣ ਤਾਂ ਜੇ ਉਹ ਵਿਕਟ ਕੀਪਰ ਦੇ ਨਾਤੇ ਖਰਾ ਕੰਮ ਕਰੇ ਗੇਂਦਬਾਜ਼ ਹੁੰਦਾ ਤਾਂ ਉਸ ਦੀ ਉਸ ਵਿਧਾ ਦੀ ਲੋੜ ਨਹੀਂ ਹੈ ਉਸ ਦੀ ਦੋਈ ਵਿਧਾ ਦੀ ਲੋੜ ਹੈ ਤਾਂ ਉਸ ਕੀ ਓ ਕਰਵਾਂਦੇ ਨੇ ਤੇ ਇਸ ਕਰੀਏ ਅਸਾਂ ਕੀ ਵੀ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਗਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਜਿਹੜਾ ਸਾਡੇ ਵਾਸਤੇ ਫਾਇਦੇਮੰਦ ਹੈ ਹਰ ਚੀਜ਼ ਆਸਲ ਕਰਨ ਦੀ ਕੋਸ਼ਿਸ਼ ਕਰਨੇ ਮਿਹਨਤ ਬੜੀ ਲੱਗੋਗ ਆੱਤ ਪੈਰ ਉੱਚੇ ਕਰੋ ਦੌੜਦੇ ਰਹੋ ਭਲਾਣਾ ਕਰੋ ਟਿਮਕਾਣਾ ਕਰੋ ਆਮ ਸੇਤ ਅਸਤੇ ਤੰਦਰੁਸਤੀ ਅਸਤੇ ਠੀਕ ਹੈ ਪਰ ਜੇਕਰ ਮੈਂ ਕਿਸ਼ ਆਸਲ ਕਰਨਾ ਤਾਂ ਉਸ ਟਕੋਦੇ हिस्से की ठीक करना होगा ਤੇ ਇਹ चीज की समझ जिसले आंदी है वो नतीजा भी दਿੰਦਾ है जेकर गेंदबाज है ते ओदे मुंडे दी मांसपेशियां ठीक ਨਹੀਂ ਹਨ ਤਾਂ ਕਿੱਥੇ ਗੇਂਦਬਾਜ਼ੀ ਕਰੀ ਸਕੋਗਾ ਕਿੰਨੇ ਓਵਰ ਕਰਵਾਈ ਸਕਗਾ ਜਿਹੜੇ ਲੋਕ ਭਾਰਤ ਤੁਲਕਨੇ ਦੇ ਪੇਸ਼ੇ ਚਨ ਉੰਦੀ ਬੱਕਰੀ ਚਾਲੀ ਦੀ ਮਾਸਪੇਸ਼ੀਆਂ ਕੀ ਮਜ਼ਬੂਤ ਕਰਨਾ ਹੁੰਦਾ ਹੈ ਹਾਰਡ ਵਰਕ ਤੇ ਉਬੀ ਕਰਦੇ ਨਾ ਪਰ ਉਹ ਸਮਾਰਟ ਤਰੀਕੇ ਕੰਨੇ ਹਾਰਡ ਵਰਕ ਕਰਦੇ ਨਾ ਤੇ ਸਮਾਰਟ ਤਰੀਕੇ ਕੰਨੇ ਹਾਰਡ ਵਰਕ ਕਰਦੇ ਨਾ ਤਾਂ ਜਈਏ ਕਾਮਯਾਬ ਹੁੰਦੇ ਨਾ ਮਾਤਾ ਮਤਾ ਧੰਨਵਾਦ